ਬੇਅੰਤ ਕੇਸ ਨੇ ਜਿਨ੍ਹਾਂ ਨੂੰ ਇੱਕ ਵਾਰ ਹੋਇਆ ਫਿਰ ਦੂਸਰੀ ਵਾਰ ਹੋਇਆ, ਵਾਰ ਸਗੋਂ ਦੂਸਰੀ ਵਾਰ ਦੇ ਅਟੈਕ ਤੋਂ ਬਾਅਦ ਡੈਥ ਰੇਟ ਜ਼ਿਆਦਾ ਹੋਇਆ, ਹਾਂਜੀ ਉਹਦੇ ਕੰਪਲਿਕੇਸ਼ਨ ਜ਼ਿਆਦਾ ਦਿਸੀਆਂ, ਦਾ ਮਤਲਬ ਸਪਸ਼ਟ ਹੈ ਕਿ ਉਹੀ ਕਰੋਨਾ ਨਹੀਂ ਹੈ। ਸ਼ਕਲ ਵੱਖਰੀ ਤਬਦੀਲ ਕਰਕੇ ਜੋ ਆ ਗਿਆ ਇਹ ਵੱਧ ਮਾਰੂ ਅਸਰ ਕਰ ਮਾਰੂ। ਰਿਹਾ। ਸੋ ਉਹ ਵੈਕਸੀਨ ਸਾਨੂੰ ਜਦੋਂ ਪੂਰੇ ਦਾ ਸਾਬਤ ਦਾ ਕਿਲਡ ਦਿੰਦਾ ਤਾਂ ਅਲੱਗ ਅਲੱਗ ਹਿੱਸੇ ਤਬਦੀਲ ਕਰਕੇ ਜਦੋਂ ਆ ਰਿਹਾ ਉਹਨਾਂ ਚ ਅਸਰਦਾਰ ਤਾਂ ਇਹ ਰਹੇਗਾ। ਜ਼ਿਆਦਾ ਪਰ ਗੱਲ ਇਹ ਹੈ ਕਿ ਦੋ ਟੀਕਿਆਂ ਤੋਂ ਬਾਅਦ ਵੀ ਹੁਣ ਦੇਖ ਰਹੇ ਹਾਂ ਕੇਸਿਸ ਆ ਰਹੇ ਨੇ, ਜਿਸ ਨਾਲ ਇਹਦੇ ਵੀ ਕਰੋਨਾ ਹੋਈ ਜਾ ਰਿਹਾ ਲੋਕਾਂ ਨੂੰ। ਇਸੇ ਕਰਕੇ ਜਿਹੜੀ ਲੇਟੈਸਟ ਡਿਵੈਲਪਮੈਂਟ ਆ ਰਹੀ ਹੈ ਕਿ ਕੀ 6 ਮਹੀਨੇ ਬਾਅਦ ਹੋਰ ਤੀਸਰੀ ਡੋਜ਼ ਲਾਈ ਜਾਵੇ ਜਾਂ ਨਾ, ਉਹ ਅਜੇ। ਬਾਬੂਸ਼ਾਹੀ ਟਾਈਮਸ, ਸਭ ਦਾ ਸਵਾਗਤ ਹੈ। ਮੈਂ ਬਲਜੀਤ ਬੱਲੇ, ਐਡੀਟਰ ਬਾਬੂਸ਼ਾਹੀ.com, ਬਾਬੂਸ਼ਾਹੀ ਨੈਟਵਰਕ। ਅੱਜ ਇੱਕ ਨਵਾਂ ਫੈਸਲਾ ਕਹਿ ਲਓ ਜਾਂ ਰਿਕਮੈਂਡੇਸ਼ਨ ਆਈ ਹੈ ਵੈਕਸੀਨੇਸ਼ਨ ਦੇ ਸੰਬੰਧ 'ਚ। ਵੈਸੇ ਬਹੁਤ ਸਾਰੇ ਸਵਾਲ ਨੇ ਵੈਕਸੀਨੇਸ਼ਨ ਦੇ ਸੰਬੰਧ 'ਚ, ਉੱਠ ਰਹੇ ਨੇ, ਉੱਠਦੇ ਵੀ ਨੇ, ਅਤੇ ਸ਼ੱਕ ਸ਼ੁਬੇ ਵੀ ਨੇ, ਬਹੁਤ ਸਾਰੇ ਮਸਲੇ ਨੇ। ਪਰ ਇਹ ਅੱਜ ਇੱਕ ਨਵਾਂ ਸਿਫਾਰਿਸ਼ ਆਈ ਹੈ ਇੱਕ ਗਵਰਨਮੈਂਟ ਦੇ ਪੈਨਲ ਦੀ ਕਿ ਕੋਵਿਸ਼ੀਲਡ ਦੇ ਮਾਮਲੇ 'ਚ ਕਿ ਉਹਦਾ ਜਿਹੜਾ ਗੈਪ ਹੈ ਵਧਾ ਦਿੱਤਾ ਜਾਵੇ। ਅਤੇ ਇਸ ਮਸਲੇ 'ਤੇ ਅਤੇ ਵੈਕਸੀਨੇਸ਼ਨ ਨਾਲ ਸੰਬੰਧਿਤ ਕੁਛ ਹੋਰ ਜਿਹੜੇ ਮੁੱਦੇ ਨੇ, ਇਸ਼ੂ ਨੇ, ਅਤੇ ਕੋਵਿਡ ਨਾਲ, ਉਸ ਬਾਰੇ ਅਸੀਂ ਅੱਜ ਗੱਲ ਕਰਾਂਗੇ। ਗੱਲ ਕਰਨ ਲਈ ਸਾਡੇ ਨਾਲ ਨੇ ਡਾਕਟਰ ਹਰਸ਼ਿੰਦਰ ਕੌਰ। ਹਰਸ਼ਿੰਦਰ ਕੌਰ ਵੈਸੇ ਐਸੋਸੀਏਟ ਪ੍ਰੋਫੈਸਰ ਨੇ ਰਜਿੰਦਰਾ ਮੈਡੀਕਲ ਕਾਲਜ ਅਤੇ ਹੋਸਪਿਟਲ ਪਟਿਆਲਾ, ਯੂਨਿਟ ਇੰਚਾਰਜ ਨੇ। ਪਰ ਵੈਸੇ ਉਹ ਮੇਰੇ ਖਿਆਲ ਬਹੁਤ ਸਾਰੇ ਲੋਕ ਜਾਣਦੇ ਨੇ ਕਿ ਬਹੁਤ ਉਹ ਚਿੰਤਕ ਨੇ, ਐਕਟਿਵਿਸਟ ਨੇ, ਸਮਾਜ ਸੇਵੀ ਨੇ, ਮੋਟੀਵੇਸ਼ਨਲ ਸਪੀਕਰ ਨੇ, UNO ਤੱਕ ਵੀ ਜਿਹੜਾ ਸਾਡਾ ਜਾ ਆਏ ਨੇ ਉਹ, ਅਤੇ ਬੱਚਿਆਂ 'ਤੇ ਖਾਸ ਕਰਕੇ ਉਹ ਉਹਨਾਂ ਨੇ ਬਹੁਤ ਕੰਮ ਕੀਤਾ ਹੋਇਆ ਬੱਚਿਆਂ ਦੀ ਸਿਹਤ 'ਤੇ, ਅਤੇ ਬਹੁਤ ਅੱਛੇ ਉਹ ਲੇਖਕ ਨੇ। ਮੈਡੀਕਲ ਸਾਇੰਸ ਨੂੰ, ਡਾਕਟਰੀ ਵਿੱਦਿਆ ਨੂੰ, ਡਾਕਟਰੀ ਦੇ ਨਾਲ ਸੰਬੰਧਿਤ ਮੁੱਦਿਆਂ ਨੂੰ ਪੰਜਾਬੀ ਭਾਸ਼ਾ ਦੇ ਵਿੱਚ, ਮਾਂ ਬੋਲੀ ਦੇ ਵਿੱਚ ਸੌਖੇ ਢੰਗ ਨਾਲ ਬਿਆਨ ਕਰਨ ਦੀ ਜਿਹੜੀ ਉਹਨਾਂ ਦੀ ਮੁਹਾਰਤ ਹੈ, ਉਹ ਬਹੁਤ ਮਤਲਬ ਰੇਅਰ ਹੈ ਜਿਹੜੀ, ਐਂ ਕਹਿ ਲਓ ਕਿ, ਕਿਉਂਕਿ ਔਖੀ ਹੁੰਦੀ ਹੈ ਮੈਡੀਕਲ ਜਿਹੜੀ ਸਾਰੀ ਸਾਇੰਸ ਹੈ ਭਾਸ਼ਾ, ਉਸ ਨੂੰ ਪੰਜਾਬੀ ਦੇ ਵਿੱਚ ਸੌਖੇ ਢੰਗ ਨਾਲ ਲੋਕਾਂ ਨੂੰ ਸਮਝਾਉਣ ਵਾਲੀ, ਸਮਝਣ ਵਾਲੀ ਭਾਸ਼ਾ 'ਚ ਲਿਖਣਾ ਕਰਨਾ, ਇਹ ਉਹਨਾਂ ਦੀ ਮੁਹਾਰਤ ਹੈ। ਹਰਸ਼ਿੰਦਰ ਕੌਰ ਜੀ, ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਮੇਰੇ ਵਰਗੀ ਨਿਮਾਣੀ ਨੂੰ ਇੰਨਾ ਮਾਣ ਬਖਸ਼ ਦਿੱਤਾ, ਬਹੁਤ ਧੰਨਵਾਦ। ਬਸ ਤੁਸੀਂ ਇੱਕ ਆਪਣੀ ਭੈਣ ਹੀ ਮੰਨ ਲਓ, ਬਸ ਇੰਨੇ 'ਚ ਮੈਨੂੰ ਬਹੁਤ ਫਖਰ ਮਹਿਸੂਸ ਹੁੰਦਾ। ਬਹੁਤ ਸ਼ੁਕਰੀਆ ਤੁਸੀਂ ਆਪਣੇ ਇਸ ਮਾਣ ਮੱਤੇ ਪ੍ਰੋਗਰਾਮ ਲਈ ਮੈਨੂੰ ਅੱਜ ਚੁਣਿਆ ਜੀ। ਹਾਂ, ਨਹੀਂ ਦੇਖੋ ਇਸ ਤਰ੍ਹਾਂ ਕਿ ਜਿਹੜੇ ਸਮਾਜ ਦੇ ਜਿਹੜੇ ਚਿੰਤਕ ਵਰਗ ਜਿਹੜੇ ਹੈਗੇ ਕਹਿ ਸਕਦੇ ਆ, ਜਿਹੜੇ ਕੁਛ ਨਾ ਕੁਛ ਸੋਚਦੇ ਆ, ਲੋਕਾਂ ਨੂੰ ਸਲਾਹ ਦਿੰਦੇ ਆ, ਕੁਛ ਸਜੈਸ਼ਨ ਦਿੰਦੇ ਆ, ਕੋਈ ਕੰਮ, ਉਹਨਾਂ 'ਚੋਂ ਤੁਸੀਂ ਅਸੀਂ ਮੰਨਦੇ ਹਾਂ ਤੁਹਾਨੂੰ। ਅਤੇ ਪਰ ਤੁਸੀਂ ਜਿਹੜੀ ਡਾਕਟਰੀ ਮੁਹਾਰਤ ਹੈ ਤੁਹਾਡੀ ਇਸ, ਕਿਉਂਕਿ ਤੁਹਾਡੀ ਹੁਣ ਤੁਸੀਂ ਦੱਸਿਆ ਸੀ ਤੁਹਾਡੀ ਡਿਊਟੀ ਵੀ ਉੱਥੇ ਲੱਗੀ ਹੋਈ ਹੈ, ਕੋਵਿਡ ਦੇ ਜਿਹੜੇ ਪੇਸ਼ੈਂਟਸ ਦੇ ਜਾਂ ਉਸ ਸੈਕਸ਼ਨ ਦੇ ਵਿੱਚ ਲੱਗੀ ਹੋਈ ਤੁਹਾਡੀ ਬਹੁਤ ਕ੍ਰੂਸ਼ੀਅਲ ਡਿਊਟੀ ਹੈ। ਅਤੇ ਸਭ ਤੋਂ ਪਹਿਲਾਂ ਇਹ ਜਿਹੜਾ ਵੈਕਸੀਨੇਸ਼ਨ ਬਾਰੇ ਮੈਂ ਜ਼ਰੂਰ ਤੁਹਾਡੇ ਨਾਲ ਗੱਲ ਕਰਨੀ ਚਾਹਾਂਗਾ ਕਿ ਵੈਕਸੀਨੇਸ਼ਨ ਕੋਵਿਸ਼ੀਲਡ ਅਤੇ ਕੋਵੈਕਸਿਨ ਦੋ ਨੇ ਇਸ ਵੇਲੇ ਜੀ। ਤੇ ਪਹਿਲਾਂ ਕੋਵਿਸ਼ੀਲਡ ਦੇ ਜਿਹੜਾ ਗੈਪ ਵਾਲਾ ਮਸਲੇ ਬਾਰੇ ਮੈਂ ਬਾਅਦ 'ਚ ਕਰ ਰਿਹਾ, ਪਹਿਲਾਂ ਥੋੜ੍ਹਾ ਜਿਹਾ ਜੇ ਮੋਟਾ ਜਿਹਾ ਸਾਨੂੰ ਦੱਸ ਦੋਨਾਂ ਦੇ ਵਿੱਚ ਕੀ ਫਰਕ ਹੈ, ਤੇ ਦੋਨਾਂ ਦਾ ਮਤਲਬ, ਕਿਉਂਕਿ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ, ਤੇ ਦੋਨਾਂ ਦਾ ਕੀ ਫਰਕ ਹੈ, ਤੇ ਕਿਹੜਾ ਜ਼ਿਆਦਾ ਇਫੈਕਟਿਵ ਹੈ, ਕੋਈ ਇਸ ਤਰ੍ਹਾਂ ਦੀ ਵੀ ਗੱਲ ਵੀ ਹੈਗੀ। ਦੇਖੋ ਥੋੜਾ ਜਿਹਾ ਮੈਂ ਤੁਹਾਨੂੰ ਪਹਿਲਾਂ ਆਧਾਰ ਬਣਾ ਦਿਆਂ ਕਿ ਟੀਕੇ ਤਿਆਰ ਕਿਵੇਂ ਹੁੰਦੇ ਨੇ। ਹਾਂਜੀ, ਟੀਕਾ ਤਿਆਰ ਕਰਨ ਦਾ ਮਕਸਦ ਹੁੰਦਾ ਜੇ ਕਿ ਜਿਹੜਾ ਕੀਟਾਣੂ ਭਾਵੇਂ ਵਾਇਰਸ ਹੈ ਜਾਂ ਬੈਕਟੀਰੀਆ, ਉਹਨੂੰ ਜਾਂ ਤਾਂ ਮਾਰ ਦਿੱਤਾ ਜਾਵੇ ਤੇ ਉਸ ਮਰੇ ਹੋਏ ਦੇ ਅੰਸ਼ ਲੈ ਕੇ ਉਹਦੇ ਤੋਂ ਬਣਾਇਆ ਜਾਏ, ਜਾਂ ਫਿਰ ਉਹਨੂੰ ਅਧਮੋਇਆ ਕਰਕੇ ਯਾਨੀ ਉਹਨੂੰ ਕਮਜ਼ੋਰ ਕਰਕੇ ਫਿਰ ਵਾੜਿਆ ਜਾਵੇ ਤਾਂ ਕਿ ਉਹ ਬਿਮਾਰੀ ਤਾਂ ਨਾ ਕਰ ਸਕੇ ਪਰ ਸਾਡਾ ਸਰੀਰ
ਉਹ ਥੋੜੀ ਮਾਰ ਨੂੰ ਝੱਲ ਕੇ ਉਹਦੇ ਖਿਲਾਫ ਆਪਣੇ ਐਂਟੀਬਾਡੀਜ਼ ਤਿਆਰ ਕਰ ਲਵੇ, ਤਾਂ ਕਿ ਜਦੋਂ ਅਸਲ ਬਿਮਾਰੀ ਵੜੇ ਤਾਂ ਫਿਰ ਉਹ ਪਹਿਲਾਂ ਤੋਂ ਤਿਆਰ ਸਾਡੇ ਫੌਜੀ ਉਹਨੂੰ ਮਾਰ ਮੁਕਾ ਸਕਣ। ਠੀਕ ਹੈ ਇਹ ਜੀ, ਢੰਗ ਹੁੰਦੇ ਨੇ ਟੀਕਾ ਜੋ ਕਰਦੇ, ਮਤਲਬ ਜਿਸ ਕਰਕੇ ਵੈਕਸੀਨੇਸ਼ਨ ਸਾਰੇ ਉਹਦਾ ਹਾਂਜੀ ਬੇਸਿਕ ਰੂਲ ਹੈ। ਬਿਲਕੁਲ। ਹਾਂਜੀ ਹੁਣ ਇਹਦੇ ਵਿੱਚ ਕੀ ਕੀਤਾ ਗਿਆ ਕਿ ਜਿਹੜਾ ਕੋਵੈਕਸਿਨ ਇਹਦੇ ਵਿੱਚ ਸਾਬਤ ਪੂਰੀ ਵਾਇਰਸ ਨੂੰ ਮਾਰ ਕੇ ਫਿਰ ਉਹਦੇ ਤੋਂ ਬਣਾਇਆ ਜਾ ਰਿਹਾ, ਯਾਨੀ ਇੱਕ ਚੀਜ਼ ਤਾਂ ਸਪਸ਼ਟ ਹੋ ਗਈ ਕਿ ਵਾਇਰਸ ਮਰੀ ਹੋਈ ਗਈ ਠੀਕ ਹੈ ਸੋ ਬਿਮਾਰੀ ਤਾਂ ਕਰ ਹੀ ਨਹੀਂ ਸਕਦੀ, ਇੱਕ ਗੱਲ ਤਾਂ ਕਲੀਅਰ ਹੋ ਗਈ ਉਹ ਮਰੀ ਹੋਈ ਵਾੜੀ ਹੈ। ਠੀਕ ਹੈ ਠੀਕ ਹੈ। ਸੋ ਦੂਜੀ ਗੱਲ ਕਿ ਉਸ ਦੇ ਹੁਣ ਵਿਰੁੱਧ ਜੋ ਸਾਡੀ ਤਿਆਰੀ ਹੋਣੀ ਹੈ ਉਹਦੇ ਵਿੱਚ ਸਾਡੇ ਐਂਟੀਬਾਡੀਜ਼ ਹਰ ਸਰੀਰ ਦੇ ਜਦੋਂ ਰਿਸਪੌਂਸ ਹੋਣਾ ਹੁੰਦਾ ਉਹਦੇ ਲਈ ਵੱਖੋ ਵੱਖ ਚੀਜ਼ਾਂ ਹਰ ਸਰੀਰ ਵਿੱਚ ਹੁੰਦੀਆਂ ਨੇ, ਹਰ ਜਣਾ ਜਿਵੇਂ ਸ਼ਕਲ ਇੱਕੋ ਨਹੀਂ ਉਸੇ ਤਰ੍ਹਾਂ ਅੰਦਰੂਨੀ ਹਿੱਸੇ ਵੀ ਇੱਕੋ ਨਹੀਂ, ਕਿਸੇ ਦਾ ਇਮਿਊਨ ਸਿਸਟਮ ਹੋ ਸਕਦਾ ਕਿ ਤੁਹਾਨੂੰ ਪਹਿਲਾਂ ਕੋਈ ਜਿਗਰ ਦਾ ਰੋਗ ਹੋਵੇ, ਗੁਰਦੇ ਦਾ ਰੋਗ ਹੋਵੇ, ਕੋਈ ਸਟੀਰੋਇਡ ਲੰਮੇ ਸਮੇਂ ਤੱਕ ਲੈ ਰਹੇ ਹੋਵੋ, ਜਾਂ ਤੁਹਾਨੂੰ ਅੰਡੇ ਤੋਂ ਅਲਰਜੀ ਹੋਵੇ, ਜਾਂ ਹੋਰ ਕਈ ਚੀਜ਼ਾਂ ਨੇ ਜਿਨ੍ਹਾਂ ਸਦਕਾ ਤੁਹਾਡਾ ਉਸ ਵੇਲੇ ਜਾਂ ਹੁਣੇ ਹੀ ਵਾਇਰਲ ਬਿਮਾਰੀ ਹੋ ਕੇ ਹਟੀ ਹੋਵੇ, ਤੁਹਾਡਾ ਇਮਿਊਨ ਸਿਸਟਮ ਵੀਕ ਹੋਏ, ਉਹਦੇ ਹਿਸਾਬ ਨਾਲ ਇਸ ਜਿਹੜੇ ਤੁਹਾਡੇ ਅੰਦਰ ਵਾਇਰਸ ਵਾੜੀ ਜਾਏਗੀ ਉਹਦੇ ਖਿਲਾਫ ਤੁਹਾਡੇ ਐਂਟੀਬਾਡੀਜ਼ ਤਿਆਰ ਹੋਣਗੀਆਂ। ਠੀਕ ਹੈ। ਦੂਜੀ ਚੀਜ਼ ਕਿ ਤੁਹਾਡੇ ਉਸ ਦੇ ਜਿਹੜੀ ਇਹ ਟੀਕਾ ਤਿਆਰ ਕੀਤਾ ਜਾਂਦਾ ਇਹਦੇ ਵਿੱਚ ਕੁਝ ਅਜਿਹੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਉਹਨੂੰ ਸਟੇਬਲ ਬਣਾਉਣ ਲਈ ਚਾਹੀਦੀਆਂ ਹੁੰਦੀਆਂ, ਮਿਸਾਲ ਵਜੋਂ ਕੋਈ ਐਲਮੀਨੀਅਮ ਸਾਲਟ ਪਿਆ ਹੋਵੇ, ਜਿਵੇਂ ਮੈਂ ਅੰਡੇ ਦੀ ਕੀਤਾ ਅੰਡੇ ਦਾ ਹਿੱਸਾ ਪਿਆ ਹੋਵੇ ਜਿਹੜਾ ਜਿਸ ਨੂੰ ਟੀਕਾ ਬਣਾਉਣ ਲਈ ਹੇਠਾਂ ਕੋਈ ਚੀਜ਼ ਚਾਹੀਦੀ ਹੈ ਜਿਹਦੇ ਉੱਤੇ ਟੀਕਾ ਤਿਆਰ ਕੀਤਾ ਜਾਂਦਾ ਤਾਂ ਕਿ ਉਹ ਸਟੇਬਿਲਿਟੀ ਉਹਦੀ ਬਣੀ ਰਹੇ, ਉਹਨਾਂ ਚੀਜ਼ਾਂ ਤੋਂ ਵੀ ਕਿਸੇ ਕਿਸੇ ਨੂੰ ਅਲਰਜੀ ਹੋ ਸਕਦੀ ਹੈ। ਸੋ ਇਹ ਟੀਕੇ ਤੋਂ ਨਹੀਂ, ਟੀਕੇ ਦੇ ਅੰਦਰਲੇ ਜੋ ਅੰਸ਼ ਜਿੱਥੋਂ ਟੀਕਾ ਨਾਲ ਬਣਨਾ, ਪ੍ਰਿਜ਼ਰਵੇਟਿਵ ਜੋ ਪਾਏ ਜਾਂਦੇ ਨੇ, ਉਹਨਾਂ ਤੋਂ ਅਲਰਜੀ ਹੋ ਸਕਦੀ ਹੁੰਦੀ ਹੈ। ਅੱਛਾ ਅੱਛਾ, ਉਹਨਾਂ ਦਾ ਹੋ ਗਿਆ। ਠੀਕ ਹੈ। ਹੁਣ ਜਿਵੇਂ ਕੋਵੈਕਸਿਨ ਉਹਦੇ ਇੱਕ ਹਿੱਸੇ ਤੋਂ ਬਣਾਇਆ ਜਾਂਦਾ, ਇਸੇ ਤਰ੍ਹਾਂ ਜਿਵੇਂ ਇਹਦੀ ਇੱਕ ਤਿੱਖੀ ਸਪਾਈਕ ਪ੍ਰੋਟੀਨ ਹੈ ਜਿਹੜੀ ਅਸਲ ਜੇ ਤੁਸੀਂ ਦੇਖਦੇ ਹੋਗੇ ਇਹਦੇ ਉੱਪਰ ਉਹ ਬਣਾਏ ਜਾਂਦੇ ਨੇ ਗੁੰਬਦ ਗੁੰਬਦ ਦੇ ਗੋਲੇ, ਉਹ ਚਿਪਕਣ ਵਾਲੀ ਚੀਜ਼ ਦੇ ਵਿਰੁੱਧ ਵੀ ਇਹਦੇ ਤਿਆਰ ਕੀਤੇ ਗਏ ਨੇ ਟੀਕੇ ਦੇ ਅਲੱਗ ਅਲੱਗ ਹਿੱਸਿਆਂ ਦੇ ਉੱਤੋਂ, ਜਿੰਨੇ ਵੀ ਇਸ ਦੁਨੀਆ ਵਿੱਚ ਟੀਕੇ ਤਿਆਰ ਹੋ ਰਹੇ ਨੇ ਉਹ ਵੱਖੋ ਵੱਖਰੇ ਹਿੱਸਿਆਂ ਤੋਂ ਬਣਾਏ ਜਾਂਦੇ ਨੇ। ਉਹਨਾਂ ਦੀ ਐਫੀਕੇਸੀ ਤਿਆਰ ਕਰਨ ਲਈ, ਯਾਨੀ ਉਹਦਾ ਕਿਸ ਥਾਂ ਤੇ ਐਕਸ਼ਨ ਲੈਣਾ ਉਹਦੇ ਹਿਸਾਬ ਨਾਲ, ਹੁਣ ਜਿਵੇਂ ਨੱਕ 'ਚ ਬੂੰਦਾਂ ਤਿਆਰ ਹੋ ਰਹੀਆਂ ਉਹ ਵੀ ਟੀਕਾ ਕਿ ਉੱਥੇ ਹੀ ਐਬਜ਼ੋਰਬ ਹੋ ਜਾਏ, ਯਾਨੀ ਹਰ ਟੀਕੇ ਦੀ ਐਬਜ਼ੋਰਪਸ਼ਨ ਜਾਂ ਕਹਿ ਲਓ ਟੀਕੇ ਦਾ ਸਾਡਾ ਸਰੀਰ ਨੇ ਕਿੱਥੋਂ ਉਹਨੂੰ ਹਜ਼ਮ ਕਰ ਲੈਣਾ ਉਸ ਹਿੱਸੇ ਦੇ ਹਿਸਾਬ ਨਾਲ ਵੱਖ ਵੱਖ ਇਹ ਚੀਜ਼ਾਂ ਤਿਆਰ ਹੋ ਰਹੀਆਂ ਨੇ ਕਿ ਪਹਿਲਾਂ ਹੀ ਇੱਥੇ ਹੀ ਨੱਕ 'ਚੋਂ ਹੀ ਇਹ ਹੋ ਜਾਏ ਤਾਂ ਉੱਥੋਂ ਇਹ ਹੋਣ ਹੀ ਨਾ ਦੇਵੇ, ਫਿਰ ਯਾਨੀ ਜਿਵੇਂ ਪੋਲੀਓ ਦੇ ਟੀਕੇ ਵੀ ਸੀ ਬੂੰਦਾਂ ਵੀ ਸੀ, ਇਸੇ ਤਰ੍ਹਾਂ ਵੱਖੋ ਵੱਖਰੇ ਉਹਨੂੰ ਢੰਗਾਂ ਨਾਲ ਤਿਆਰ ਕੀਤਾ ਜਾਂਦਾ ਵੀ ਉਹਦੀ ਐਬਜ਼ੋਰਪਸ਼ਨ ਕਿਵੇਂ ਵੱਧ ਸਕਦੀ ਹੈ। ਜੀ ਠੀਕ ਹੈ। ਹੁਣ ਇਹ ਵੱਖੋ ਵੱਖਰੇ ਟੀਕੇ ਇਸੇ ਤਰ੍ਹਾਂ ਹੀ ਤਿਆਰ ਕੀਤੇ ਗਏ ਨੇ, ਭਾਵੇਂ ਜਿਵੇਂ ਮੋਡਰਨਾ ਹੈ, ਫਾਈਜ਼ਰ ਹੈ ਜਾਂ ਸਾਡੇ ਕੋਵੈਕਸਿਨ ਜਾਂ ਹੁਣ ਤਾਂ ਰਸ਼ੀਅਨ ਵੀ ਵੈਕਸੀਨ ਅਲੱਗ ਅਲੱਗ। ਹਾਂਜੀ ਹਾਂਜੀ। ਹੁਣ ਜਿਹੜਾ ਗੱਲ ਤੁਸੀਂ ਕਰ ਰਹੇ ਸੋ ਕਿ ਇਹਨੂੰ ਕਿਵੇਂ ਵੱਖ ਜਾਂ ਡਿਸਟੈਂਸ ਜਿਹੜਾ ਦੋ ਟੀਕਿਆਂ ਚ ਵੱਧ ਜਾਂ ਘੱਟ ਹੋਣਾ, ਜਾਂ ਇੱਕ ਹੋਰ ਵੀ ਨਵੀਂ ਕਿ ਤੀਸਰੇ ਟੀਕੇ ਦੀ ਲੋੜ ਹੈ ਜਾਂ ਨਹੀਂ, ਫਿਰ ਇੱਕ ਹੋਰ ਵੱਡਾ ਸਵਾਲ ਹੈ ਕਿ ਕੀ ਅਗਲੇ ਸਾਲ ਟੀਕੇ ਫਿਰ ਲਵਾਉਣੇ ਪੈਣਗੇ ਜਾਂ ਨਹੀਂ। ਬਹੁਤ ਮੇਜਰ ਸਵਾਲ ਨੇ ਕਿਉਂਕਿ ਫਲੂ ਦਾ ਟੀਕਾ ਤੁਸੀਂ ਦੇਖਦੇ ਹੋ ਕਿ ਹਰ ਸਾਲ ਲਾਇਆ ਜਾਂਦਾ, ਕਿਉਂਕਿ ਜਿਹੜਾ ਫਲੂ ਕੀਟਾਣੂ ਹੈ ਉਹ ਆਪਣੀ ਸ਼ਕਲ ਤਬਦੀਲ ਕਰਕੇ ਆ ਜਾਂਦਾ, ਜਿਸ ਨਾਲ ਉਹ ਅਗਲੇ ਸਾਲ ਸਾਨੂੰ ਉਹਦੇ ਖਿਲਾਫ ਫਿਰ ਨਵਾਂ ਟੀਕਾ ਬਣਾਉਣਾ ਪੈਂਦਾ ਤੇ ਉਹ ਲਾ ਦਿੱਤਾ ਜਾਂਦਾ, ਤੇ ਉਸਦੇ ਕਾਰਨ ਫਲੂ ਤੋਂ ਬਚਾ ਵਾਇਰਸ ਵੀ ਇੱਦਾਂ ਹੀ ਬਦਲਦਾ ਹੈ ਨਾ, ਵਾਇਰਸ ਵੀ ਇੱਦਾਂ ਹੀ। ਇਸ ਵਾਇਰਸ ਨੇ ਵੀ ਜੋ ਤਬਾਹੀ ਐਦਕੀ ਲਿਆਈ ਹੈ, ਜੋ ਦੂਸਰੀ ਫੇਜ਼ ਜਿਸ ਚ ਕੇ ਬੱਚੇ ਜ਼ਿਆਦਾ ਇਨਵੋਲਵ ਹੋ ਰਹੇ ਨੇ, ਇਹਨੇ ਵੀ ਸ਼ਕਲ 1700 ਮਿਊਟੇਸ਼ਨ ਹੁਣ ਤੱਕ, ਜਿਵੇਂ ਅੱਜ ਦਾ ਆਪਾਂ ਪ੍ਰੋਗਰਾਮ ਕਰ ਰਹੇ ਹਾਂ, ਹੁਣ ਤੱਕ 1700 ਮਿਊਟੇਸ਼ਨ ਤਾਂ ਲੱਭੀਆਂ ਜਾ ਚੁੱਕੀਆਂ, ਕੱਲ ਨੂੰ ਹੋ ਸਕਦਾ 200 ਹੋਰ ਨਵੀਆਂ ਲੱਭ ਜਾਈਆਂ, ਲੱਭ ਜਾਣ ਤਾਂ ਮੈਂ ਨਹੀਂ ਦੱਸ ਸਕਦੀ, ਪਰ ਇਹ 1700 ਮਿਊਟੇਸ਼ਨ ਬਾਅਦ ਜਿਹੜਾ ਹੁਣ ਦਾ ਇਹ ਆਇਆ ਸਟ੍ਰੇਨ, ਇਹ ਕਾਫੀ ਤਗੜਾ ਜਿਹਨੂੰ ਡਬਲ ਸਟ੍ਰੇਨ ਵੀ ਕਹਿ ਰਹੇ ਹਾਂ, ਇਹਦਾ ਅਸਲ ਚ ਮਾਰ ਜ਼ਿਆਦਾ ਬੱਚਿਆਂ ਤੇ ਨੌਜਵਾਨਾਂ ਤੇ ਵੱਧ ਹੋ ਰਹੀ ਹੈ।
हाँ जी, हाँ सो जी, जिहड़ी पहला फेज आया सी ओह इन्हां ने इसने बीमार ढाए सन, बजुर्ग ढाए सन, पर जिहड़ी हुण दी वायरस है इह ज्यादा नौजवान जिन्हां नूं कोई भी बीमारी नहीं सी या जिहड़े बच्चे ओह काफी ज्यादा इहदी चपेट विच आ रहे ने, फिर इहदे जो कि इन्हें अपने एक हिस्से दे अमाइनो एसिड तब्दील करके शक्ल जो बदली उहदे अच्छा बारे भी कहा जा रहा है कि जिहड़ा असीं सगों तुसीं आम व्हाट्सएप या फेसबुकां ते देखदे होवोगे सानूं हाँ जी, चाहिए प्लाज्मा लियाओ, डोनर लियाओ, असीं लाने हैं, हाँ हाँ जी, हाँ जी, ਇਹ ਸਗੋਂ ਵਿਗਿਆਨੀ ਲੱਭ ਚੁੱਕੇ ਨੇ ਕਿ ਉਹ ਸਗੋਂ ਦੇਣ ਨਾਲ ਉਹ ਜਿਹੜਾ ਪਲਾਜ਼ਮਾ ਸਦਕਾ ਹੀ ਇਹ ਵਾਇਰਸ ਜ਼ਿਆਦਾ ਤਿੱਖੀ ਹੋਈ ਕਿਉਂਕਿ ਇਹਨੇ ਆਪਣੇ ਆਪ ਨੂੰ ਬਚਾ ਲਈ ਇਹ ਨਵਾਂ ਢੰਗ ਲੱਭਿਆ ਵੀ ਮੈਂ ਤਬਦੀਲ ਹੀ ਕਰ ਲੈਣੀ। ਅੱਛਾ, ਇਸੇ ਲਈ ਆਲ ਇੰਡੀਆ ਇੰਸਟੀਚਿਊਟ ਵੱਲੋਂ ਵੀ ਤੇ ਹੋਰਨਾਂ ਕਈ ਥਾਵਾਂ ਤੋਂ ਵਾਰ-ਵਾਰ ਕਿਹਾ ਜਾ ਰਿਹਾ ਇਹ ਬੰਦ ਕਰ ਦਿਓ, ਇਹ ਈਵਨ ਪੀਜੀਆਈ 'ਚ ਵੀ ਬੰਦ ਹੋ ਗਿਆ ਅੱਛਾ, ਕਿ ਪਲਾਜ਼ਮਾ ਇਹ ਫੈਕਟਰੀ ਇਸੇ ਕਰਕੇ ਪਲਾਜ਼ਮਾ ਬੰਦ ਕਰ ਰਹੇ ਨੇ ਇਹ ਸਾਰੇ। ਬੰਦ ਕੀਤਾ ਗਿਆ ਕਿ ਯੂਜ਼ਲੈਸ ਹੈ, ਪਰ ਲੋਕ ਪਤਾ ਨਹੀਂ ਕਿਉਂ ਉਹ ਪੁਰਾਣੇ ਸਰਕੂਲੇਟਿੰਗ ਮੈਸੇਜਸ ਕਰਕੇ ਅੱਜ ਵੀ ਲਗਾਤਾਰ ਵੀ ਹਾਂ, ਸਾਨੂੰ ਮੈਂ ਦੇ ਦਿਓ ਦੇਖਦਾ ਦੇ ਸੀ। ਦਿਓ, ਹਾਂਜੀ, ਹਾਂਜੀ, ਸਗੋਂ ਉਹ ਨੁਕਸਾਨ ਕਰ ਗਈ ਹੈ, ਉਸੇ ਸਦਕਾ ਹੀ ਇਹ ਮਾਰੂ ਕਿਸਮ ਸਾਹਮਣੇ ਜੋ ਆਈ ਹੈ ਕਿਉਂਕਿ ਉਹਨੇ ਆਪਣੇ ਆਪ ਨੂੰ ਬਚਾਉਣ ਲਈ ਸ਼ਕਲ ਤਬਦੀਲ ਕਰਨੀ ਹੀ ਹੁੰਦੀ। ਮੈਂ ਤੁਹਾਨੂੰ ਵਿੱਚੋਂ ਟੋਕ ਰਿਹਾ ਵੀ ਇਹਦੇ 'ਚ ਦੇਖੋ ਇੱਕ ਇਹਦਾ ਮਤਲਬ ਇਹ ਹੈ ਵੀ ਜਿਹੜੀਆਂ ਹੁਣ ਕਿਉਂਕਿ ਦੇਖੋ ਗਾਈਡਲਾਈਨਸ ਵੀ ਬਦਲ ਰਹੀਆਂ ਨੇ, ਕਦੋਂ ਟੀਕਾ ਲਾਉਣਾ, ਕੀ ਲਾਉਣਾ, ਇਹਦਾ ਮਤਲਬ ਵੀ ਜਿਹੜੀ ਪ੍ਰੋਪਰ ਰਿਸਰਚ ਜਾਂ ਪ੍ਰੋਪਰ ਜਿਹੜੀ ਐ ਹੁੰਦਾ ਵੀ ਡਾਕਟਰੀ ਮੁਹਾਰਤ ਮਤਲਬ ਬਣੀ ਹੁੰਦੀ ਹੈ ਵੀ ਇਸ ਨੂੰ ਇਸ ਤਰ੍ਹਾਂ ਵਰਤ ਲਓ, ਇਸ ਤਰ੍ਹਾਂ ਵਰਤ ਲਓ, ਇਹਦਾ ਮਤਲਬ ਬਿਨਾਂ ਉਸ ਤੋਂ ਹੀ ਵਰਤੀ ਗਈ ਉਹ ਪਲਾਜ਼ਮਾ ਵਾਲੀ ਜਾਂ ਹੋਰ ਵੀ ਇਸ ਤਰ੍ਹਾਂ ਦੇ ਜਿਹੜੇ ਮਈਅਰ ਲਈ ਜਾ ਰਹੇ ਨੇ। ਦੇਖੋ ਬਾਜੀ, ਦੋ ਗੱਲਾਂ ਨੇ। ਪਹਿਲੀ ਗੱਲ, ਜੇ ਅਸੀਂ ਗੱਲ ਪਿਛਲੇ ਟੀਕਿਆਂ ਦੀ ਕਰੀਏ ਤਾਂ ਕਈ ਟੀਕੇ ਤਾਂ 3200 ਸਾਲ ਬਾਅਦ ਤਿਆਰ ਹੋਏ, ਇੰਨੇ ਸਾਲ ਉਹ ਬਿਮਾਰੀ ਮਾਰੂ ਅਸਰ ਹਾਂ ਜੀ, ਕਰਦੀ ਰਹੀ। ਹਾਂ ਜੀ, ਹਾਂ ਜੀ, ਇਸੇ ਤਰ੍ਹਾਂ ਹੀ ਕੁਝ ਨੇ ਜਿਨ੍ਹਾਂ ਨੇ ਯਾਨੀ ਉਹਨਾਂ ਟੀਕਿਆਂ ਨੇ ਆਲਮੋਸਟ ਤਿਆਰ ਕਰਨ 'ਚ 600 ਸਾਲ ਲੱਗੇ, ਕਿਸੇ 'ਚ 800 ਲੱਗੇ, ਕਿਸੇ 'ਚ 1200 ਸਾਲ ਲੱਗੇ, ਕੋਈ 30 ਸਾਲ ਲੱਗੇ। ਇਹ ਪਹਿਲੀ ਵੈਕਸੀਨ ਆਈ ਜੇ ਜਿਸ ਨੇ ਤੁਸੀਂ ਯਾਨੀ ਦੇਖ ਸਕਦੇ ਹੋ ਤੁਸੀਂ ਕਿ 1 ਸਾਲ ਦੇ ਲਗਭਗ ਅੰਦਰ ਹੀ ਇਹਨੂੰ ਨੇ ਡਿਵੈਲਪ ਕਰ ਲਿਆ। ਹਾਂਜੀ, ਇਹ ਡਿਵੈਲਪ ਕਰਨ ਦੇ ਨਾਲ ਫਾਇਦਾ ਇਹ ਹੋਇਆ ਕਿ ਅਸੀਂ ਸ਼ਾਇਦ ਲੱਖਾਂ ਜਾਨਾਂ ਜੋ ਅਸੀਂ ਬਚਾ ਸਕੇ ਹਾਂ। ਹੁਣ ਇਹਦੇ ਵਿੱਚ 2-3 ਚੀਜ਼ਾਂ ਨੇ ਕਿ ਟੀਕੇ ਦਾ ਕਿੰਨੀ ਦੇਰ ਅਸਰ ਰਹਿਣਾ ਤੇ ਕਿੰਨੇ ਲੋਕਾਂ ਤੇ ਕਿਸ ਤਰ੍ਹਾਂ ਅਸਰ ਕਰਨਾ, ਇਹ ਸਾਰੀਆਂ ਚੀਜ਼ਾਂ ਡਿਪੈਂਡ ਕਰਦੀਆਂ ਨੇ ਕਿ ਉਹਨਾਂ ਨੇ ਕਿੰਨੀ ਦੇਰ ਤੱਕ ਅਸਰ ਵਿਖਾਇਆ। ਯਾਨੀ ਜੇ ਅੱਜ ਟੀਕਾ ਲੱਗਿਆ ਤਾਂ ਉਹਨੂੰ ਫੋਲੋ ਅਪ ਹੁੰਦਾ ਵੀ ਇਹਨੂੰ 3 ਸਾਲ 5 ਸਾਲ ਤੱਕ ਕਿ ਉਹਨੂੰ ਅੱਗੋਂ ਕਿੰਨੇ ਸਾਲ ਤੱਕ ਤੁਹਾਡੇ ਸਰੀਰ ਵਿੱਚ ਐਂਟੀਬਾਡੀਜ਼ ਰਹੀਆਂ, ਕਦੋਂ ਘਟਣੀਆਂ ਸ਼ੁਰੂ ਹੋਈਆਂ, ਕਿੰਨੇ ਸਾਲ ਤੱਕ ਅਸਰ ਰੱਖਦੀਆਂ ਨੇ, ਉਹਦੇ ਕਿੰਨੇ ਸਾਈਡ ਇਫੈਕਟਸ ਨੇ, ਉਹ ਬਿਮਾਰੀ ਹੋਣ ਤੇ ਕੀ ਮੌਤ ਤੋਂ ਬਚਾ ਸਕੀ ਜਾਂ ਨਹੀਂ। ਇਹ ਫੇਜ਼ਸ ਹੁੰਦੇ ਨੇ ਕਿ ਤੁਹਾਨੂੰ ਹਰ ਸਾਲ ਤੋਂ ਬਾਅਦ ਲੌਂਗ ਜਿਹੜੀ ਲੌਂਗੀਟਿਊਡਨਲ ਸਟੱਡੀ ਕਹਿੰਦੇ ਕਿ ਕਿੰਨੇ ਚਿਰਾਂ ਬਾਅਦ ਸਾਨੂੰ ਪਤਾ ਲੱਗੇਗਾ ਕਿ ਇਹਦਾ ਅਸਰ ਕਿਸ ਤਰ੍ਹਾਂ ਰਿਹਾ ਤੇ ਕਿੰਨਾ। ਹਾਂਜੀ, ਉਹਦਾ ਟਾਈਮ ਹੀ ਨਹੀਂ ਸੀ ਇਸ ਟੀਕੇ ਵੇਲੇ, ਉਹਦਾ ਟਾਈਮ ਹੀ ਨਹੀਂ ਸੀ ਜਿਸ ਕਰਕੇ ਇਹ ਅਸੀਂ ਇਨਸਟੈਂਟ ਲੈ ਕੇ ਆਏ ਹਾਂ। ਪਰ ਉਹਦਾ ਉਨਾ ਚਿਰ ਤਾਂ ਸਰ ਫਿਰ ਇੱਕ ਕਨਫਿਊਜ਼ਨ ਤਾਂ ਰਹੇਗਾ ਨਾ ਉਨਾ ਚਿਰ, ਮਤਲਬ ਜਿਹੜੇ ਲਾਉਣ ਵਾਲਿਆਂ ਨੂੰ ਵੀ ਲਵਾਉਣ ਵਾਲਿਆਂ ਨੂੰ ਵੀ ਕਿੰਨਾ ਅਸਰ ਹੈ, ਕਦੋਂ ਤੱਕ ਹੈ ਵੀ 6 ਮਹੀਨੇ ਬਾਅਦ ਲਾਉਣਾ, ਸਾਲ ਬਾਅਦ ਲਾਉਣਾ। ਅੱਛਾ, ਸਾਡੇ ਮਤਲਬ ਇਹ ਕਨਫਿਊਜ਼ਨ ਇਸ ਕਰਕੇ ਵੀ ਹੈਗਾ, ਦੇਖੋ ਜਿਹੜੀਆਂ ਗਾਈਡਲਾਈਨਸ ਨੇ ICMR ਦੀਆਂ ਜੀ, ਉਹ ਹਰ ਮਤਲਬ ਐਂ ਕਹਿ ਲਓ ਕਿ ਥੋੜ੍ਹੇ ਦਿਨਾਂ ਬਾਅਦ ਨਵੀਆਂ ਆ ਜਾਂਦੀਆਂ ਨੇ, ਅਤੇ ਇਸ ਕਾਰ ਜੀ ਇਹਦਾ ਕਾਰਨ ਇਹ ਹੈ ਕਿ ਕਿਉਂਕਿ ਖੋਜਾਂ ਅਜੇ ਚੱਲਦੀਆਂ ਪਈਆਂ ਨੇ, ਸੋ ਜਿਵੇਂ ਜਿਵੇਂ ਸਾਹਮਣੇ ਅਸਰ ਆ ਸਾਡਾ, ਅਸਲ ਚ ਜਿਸ ਹਿਸਾਬ ਨਾਲ ਮੌਤਾਂ ਹੋ ਰਹੀਆਂ ਨੇ ਕਿ ਲਾਸ਼ਾਂ ਦਫਨਾਉਣ ਤੱਕ ਦਾ ਨਾ ਥਾਂ ਬਚਿਆ ਨਾ ਸਮਾਂ ਨਾ, ਉਹ ਹਾਲ ਦੇਖਦਿਆਂ ਇਹ ਕੋਸ਼ਿਸ਼ ਕੀਤੀ ਗਈ ਕਿ ਇਹ ਟੀਕੇ ਨਾਲ ਜੋ ਦੇਖਣ ਵਿੱਚ ਆਇਆ ਕਿ ਟੀਕੇ ਦੋਨੋਂ ਲੱਗਣ ਤੋਂ ਬਾਅਦ ਮੌਤ ਦਰ ਵਿੱਚ ਲਗਭਗ 99% ਕਮੀ ਹੋ ਗਈ ਸੀ, ਜਿਸ ਸਦਕਾ ਕਿਹਾ ਕਿ ਚਲੋ ਇਸ ਟੀਕੇ ਨੇ ਬਿਮਾਰੀ ਨਹੀਂ ਰੋਕ ਸਕਣੀ। ਮਤਲਬ ਟੀਕਾ ਜਿਹਨਾਂ ਨੂੰ ਜੇ ਲੱਗ ਲੱਗੇ, ਗਿਆ ਬਿਮਾਰੀ ਹੋ ਸਕਦੀ ਹੈ, ਪਰ 3 ਚੀਜ਼ਾਂ ਨਹੀਂ ਹੁੰਦੀਆਂ। ਪਹਿਲੀ ਚੀਜ਼ ਸੀਰੀਅਸ ਬਿਮਾਰੀ ਨਹੀਂ ਹੁੰਦੀ, ਦੂਜੀ ਜੀ ਚੀਜ਼ ਹਸਪਤਾਲ ਦਾਖਲ ਕਰਨ ਦੀ ਲੋੜ ਨਹੀਂ ਰਹਿੰਦੀ, ਤੀਜੀ ਜੀ ਚੀਜ਼ ਮੌਤ ਨਹੀਂ ਹੁੰਦੀ।
ਠੀਕ ਹੈ। ਸੋ ਇਹ ਵੇਖਦਿਆਂ ਇਹ ਕਿਹਾ ਗਿਆ ਕਿ ਇਹਨੂੰ ਤੁਸੀਂ ਲਵਾ ਦਿਓ ਕਿ ਮੌਤਾਂ ਬਚਾ ਸਕੀਏ, ਬਿਮਾਰੀ ਹੁੰਦੀ ਵੀ ਰਵੇ ਤਾਂ ਘੱਟੋ ਘੱਟ ਮੌਤ ਨਹੀਂ ਹੋਏਗੀ। ਠੀਕ ਹੈ ਠੀਕ ਹੈ। ਸੋ ਦੂਜੀ ਚੀਜ਼ ਸੀ ਕਿ ਡਿਫਰੈਂਸ, ਉਹਦਾ ਮਤਲਬ ਕੀ ਹੁੰਦਾ ਜੀ। ਇਹ ਦੇਖਣ ਵਿੱਚ ਆਇਆ ਕਿ ਜਦੋਂ ਇੱਕ ਟੀਕਾ ਲਾਇਆ ਗਿਆ ਤਾਂ ਸਿਰਫ 50% ਦੇ ਨੇੜੇ ਤੇੜੇ ਹੀ ਇਮਿਊਨਿਟੀ ਬਣੀ, ਯਾਨੀ ਇਸ ਤੋਂ ਵੱਧ ਨਹੀਂ ਸੀ, ਯਾਨੀ ਟੀਕਾ ਬਹੁਤਾ ਅਸਰਦਾਰ ਨਹੀਂ ਸੀ ਹੋਰ ਦੁਬਾਰਾ ਬਿਮਾਰੀ ਨੂੰ ਰੋਕਣ ਵਿੱਚ। ਫਿਰ ਇੱਕ ਹੋਰ ਤਜਰਬਾ ਕੀਤਾ ਗਿਆ ਕਿ ਚਲੋ ਇਹਦੇ ਨਾਲ ਜੇ ਮੌਤ ਦਰ ਰੁਕ ਰਹੀ ਹੈ ਤਾਂ ਫਿਰ ਦੇਖੀਏ ਦੋ ਟੀਕਿਆਂ ਨਾਲ ਸ਼ਾਇਦ ਇਮਿਊਨਿਟੀ ਹੋਰ ਵੱਧ ਹੋ ਜਾਏ। ਅੱਛਾ। ਫਿਰ ਉਹ ਟੀਕਾ ਜਦੋਂ ਲਾਇਆ ਗਿਆ ਮਹੀਨੇ ਬਾਅਦ ਤਾਂ ਦੇਖਣ ਵਿੱਚ ਆਇਆ ਕਿ ਇਮਿਊਨਿਟੀ ਓਨੀ ਦੀ ਲਗਭਗ ਓਨੀ ਰਹੀ, 56% ਹੋ ਗਈ। ਫਿਰ ਕੁਝ ਕੇਸਿਸ ਨੂੰ ਮਹੀਨੇ ਤੋਂ ਵੱਧ ਸਮਾਂ ਲਾ ਕੇ ਲਾਇਆ ਗਿਆ ਕਿ 6 ਹਫ਼ਤੇ ਬਾਅਦ ਲਾ ਕੇ ਦੇਖੀਏ, ਤਾਂ ਵੇਖਣ ਵਿੱਚ ਆਇਆ ਕਿ ਇਮਿਊਨਿਟੀ 60% ਵੱਧ ਗਈ। ਅੱਛਾ। ਫਿਰ ਹੋਰ ਲੇਟ ਕਰਕੇ ਵੇਖਿਆ ਗਿਆ ਕਿ ਇਸ ਤੋਂ ਲੇਟ ਕਰਕੇ ਵੇਖੀਏ ਕਿ ਜੇ ਅਸੀਂ 2 ਮਹੀਨੇ ਬਾਅਦ ਲਾਨੇ ਆ ਤਾਂ ਕਿਸ ਤਰ੍ਹਾਂ ਦੀ ਇਮਿਊਨਿਟੀ ਆਉਂਦੀ ਹੈ, ਤਾਂ ਵੇਖਣ ਵਿੱਚ ਆਇਆ ਕਿ 2 ਮਹੀਨੇ ਇਹ ਸਾਡੀ ਬਾਡੀ ਲਈ ਇਹ ਨਵੀਂ ਵਾਇਰਸ ਸੀ, ਸੋ ਉਹ ਆਪਣੇ ਪਹਿਲੀ ਇਮਿਊਨਿਟੀ ਤਿਆਰ ਜਦੋਂ ਕਰ ਲੈਂਦੀ ਹੈ ਸੈੱਲ, ਯਾਨੀ ਜਦੋਂ ਸਾਡੀ ਬਾਡੀ ਉਹਦੀ ਫੋਟੋ ਕਾਪੀਆਂ ਤਿਆਰ ਕਰਕੇ ਰੱਖੇ ਆਪਣੇ ਫੌਜੀ, ਤਾਂ ਉਹਦੀ ਜਦੋਂ ਰਿਸਪੋਂਸ ਬਾਡੀ ਦਾ ਵੇਖਣ ਵਿੱਚ ਆਇਆ ਕਿ ਜੇ 2 ਮਹੀਨੇ ਤੋਂ ਉੱਪਰ ਸਮਾਂ ਲੰਘੇ ਤਾਂ ਦੂਸਰਾ ਟੀਕਾ ਲਾਇਆ ਜਾਏ, ਤਾਂ ਇਮਿਊਨਿਟੀ ਦੇਖਣ ਵਿੱਚ ਆਇਆ ਕਿ ਕੁਝ ਕੇਸਾਂ ਵਿੱਚ 70%, ਕੁਛ ਵਿੱਚ 65% ਤੱਕ, ਯਾਨੀ ਵਧੇ ਕਾਫੀ ਦੂਜੇ ਨਾਲੋਂ ਅਸਰ ਦਿਸਿਆ। ਸੋ ਇਸੇ ਲਈ ਇਹ ਸੋਚਿਆ ਗਿਆ ਕਿ ਜੇ ਅਸੀਂ ਜ਼ਿਆਦਾ ਲੇਟ ਲਾ ਦਿੰਦੇ ਹਾਂ ਤਾਂ ਉਹਦੇ ਨਾਲ ਸਗੋਂ ਇਹ ਇਮਿਊਨਿਟੀ ਵੱਧ ਹੋਏਗੀ, ਤਾਂ ਪਰ ਅਜੇ ਵੀ 100% ਇਮਿਊਨਿਟੀ ਨਹੀਂ ਹੈ। ਮੈਂ ਭਾਜੀ ਬਹੁਤ ਇੰਪੋਰਟੈਂਟ ਇਹਦੇ ਨਾਲ ਗੱਲ ਦੱਸਦਿਆਂ ਕਿ ਹੁਣ ਤੱਕ ਦੇ ਜਿੰਨੇ ਟੀਕੇ ਵੀ ਲੱਗ ਰਹੇ ਹਨ, ਬੀਸੀਜੀ ਦਾ, ਡੀਪੀਟੀ ਦਾ, ਪੋਲੀਓ ਦਾ, ਮੀਜ਼ਲਸ ਦਾ, MMR ਦਾ, ਇੱਕ ਵੀ ਟੀਕੇ ਦੀ 100% ਨਹੀਂ ਹੈ ਉਹਦੀ ਵੀ ਪ੍ਰੋਟੈਕਸ਼ਨ। ਅੱਛਾ, ਉਹਦੀ ਵੀ 100% ਨਹੀਂ ਆ। ਪੋਲੀਓ ਪੋਲੀਓ ਦੇ ਕੇਸ ਹੁੰਦੇ ਦੇਖੇ, ਪੋਲੀਓ ਦੇ ਕੇਸ ਹੁੰਦੇ ਦੇਖੇ ਆ, ਪੋਲੀਓ ਦੇ ਵੀ ਦੇਖੇ ਆ ਜੀ। ਇਸੇ ਲਈ ਤੁਸੀਂ ਵਾਰ ਵਾਰ ਉਹਦੀਆਂ 5-5 ਵਾਰ ਲਾ ਰਹੇ ਹਾਂ, ਕਿਉਂਕਿ ਉਹਨੂੰ ਖਤਮ ਕਰਨ ਦੇ ਲਈ ਅਸੀਂ ਪੂਰਾ ਜ਼ੋਰ ਲਾਇਆ ਪਿਆ। ਪਰ ਵੱਡੀ ਗੱਲ ਇਹ ਹੈ ਕਿ ਜੇ ਸਮਾਲ ਪੌਕਸ ਖਤਮ ਹੋਇਆ ਇਸ ਦੁਨੀਆ 'ਚ ਤਾਂ ਸਿਰਫ ਟੀਕਾਕਰਨ ਸਦਕਾ। ਨਾ, ਬਿਲਕੁਲ ਠੀਕ ਆ। ਇਹ ਟੀਕਾ ਵੀ ਹੌਲੀ ਹੌਲੀ ਜਿਵੇਂ ਹੁਣ ਦਾ ਕੰਮ ਜੋ ਜਿਸ ਤਰੀਕੇ ਦੇ ਅਸੀਂ ਦੇਖ ਰਹੇ ਹਾਂ, ਇਹ ਘਰਾਂ ਦੇ ਘਰ ਤਬਾਹ ਹੋ ਰਹੇ ਨੇ, ਸਾਡਾ ਮਕਸਦ ਸਿਰਫ ਇਹ ਸੀ ਵਿਗਿਆਨੀਆਂ ਦਾ ਕਿ ਜਿੰਨੀਆਂ ਵੀ ਮੌਤਾਂ ਅਸੀਂ ਬਚਾ ਸਕਦੇ ਹੋਈਏ ਉਹਨਾਂ ਨੂੰ ਬਚਾ ਲਈਏ। ਸੋ ਉਸ ਲਈ ਇਹ ਟੀਕਾ ਕਾਫੀ ਅਸਰਦਾਰ, ਮੌਤਾਂ ਤੋਂ ਬਚਾਉਣ ਵਿੱਚ ਤਾਂ ਕਾਫੀ ਅਸਰਦਾਰ ਹੈ, ਬਾਕੀ ਬਿਮਾਰੀ ਹੋਣ ਤੋਂ ਵਾਕਈ ਨਹੀਂ ਰੋਕ ਸਕਦਾ, ਪਰ ਇਹਦੀ ਅਜੇ ਹੋਰ ਇਹਦੀ ਅਜੇ ਇੰਪਰੂਵਮੈਂਟ ਜਾਰੀ ਹੈ, ਖੋਜਾਂ ਜਾਰੀ ਨੇ। ਹੁਣ ਤਾਂ ਡਰੱਗਸ ਲੇਟੈਸਟ ਆ ਰਹੀਆਂ ਨੇ ਜਿਹੜੀਆਂ ਮੈਂ ਨਾਮ ਜਾਣਬੁੱਝ ਕੇ ਨਹੀਂ ਲੈਣਾ ਚਾਹੁੰਦੀ, ਪਰ ਉਮੀਦ ਹੈ ਕਿ ਸ਼ਾਇਦ 10 ਦਿਨਾਂ ਦੇ ਅੰਦਰ ਅੰਦਰ ਇੱਥੇ ਮਿਲਣ ਲੱਗ ਜਾਏ, ਜੋ ਕਿ ਸਪੈਸੀਫਿਕ ਡਰੱਗ ਹੈ ਤੇ ਜਿਹੜੀ ਕੋਵਿਡ ਦੀ ਵਿੱਚ ਕੀਟਾਣੂ ਨੂੰ ਮਾਰ ਦੇਵੇਗੀ। ਈਵਨ ਜਿਹੜੀ ਇਹ ਤਿਆਰ ਹੈ, ਲਗਭਗ ਤਿਆਰ ਆ ਚੱਲੀ ਹੈ, ਉਹ ਸ਼ਾਇਦ ਹੋਰ ਕਰੋੜਾਂ ਜਾਨਾਂ ਉਹ ਵੀ ਬਚਾ ਦੇਵੇਗੀ। ਫਿਰ ਇੱਕ ਮੋਨੋਕਲੋਨਲ ਐਂਟੀਬਾਡੀਜ਼ ਜੋ ਕਿ ਤੁਸੀਂ ਵੇਖਦੇ ਹੋਵੋਗੇ ਟਰੰਪ ਨੂੰ ਵੀ ਲੱਗੀ ਤੇ ਸਾਡੇ ਵੀ ਕੁਛ ਅੰਬਰ ਪੋਲੀਟੀਸ਼ੀਅਨਸ ਨੂੰ ਲੱਗੀ, ਉਹ ਜਾਨ ਬਚਾਉਣ ਲਈ ਇੱਕ ਬਾ ਕਮਾਲ ਸੀ ਦਵਾਈ, ਜਿਸ ਨਾਲ ਉਸ ਦਵਾਈ ਦਾ ਮਹਿੰਗੀ ਹੋਣ ਕਾਰਨ 2 ਕਰੋੜ ਦੇ ਕਰੀਬ ਕਰੀਬ ਉਹ ਦੱਸਦੇ ਸੀ ਉਦੋਂ ਪੈ ਰਹੀ ਸੀ ਉਹਦੀ ਕੀਮਤ। ਸਾਡੀ ਇੱਥੇ ਮੁਲਕ ਵਿੱਚ ਉਹ ਸਿਪਲਾ ਕੰਪਨੀ ਤੇ ਰੋਸ਼ ਨੇ ਇੱਥੇ ਬਣਾ ਕੇ ਕਾਫੀ ਸਸਤੀ 13,000 ਤੱਕ ਦੀ ਹੀ ਲਿਆ ਧਰੀ ਹੈ, ਉਹ ਲਗਭਗ ਉਹਦੀ ਇੱਕੋ ਹੀ ਡੋਜ਼ ਨਾਲ ਤੁਸੀਂ ਕਰੋਨਾ ਤੋਂ ਠੀਕ ਹੋ ਸਕਦੇ ਹੋ। ਯਾਨੀ ਜਿਹੜੀ ਅਸੀਂ ਲੱਖਾਂ ਦੀਆਂ ਆਕਸੀਜਨ ਦੀ ਅਸੀਂ ਕਾਲਾ ਬਾਜ਼ਾਰੀ ਕਰ ਰਹੇ ਹਾਂ ਜਾਂ ਰੈਮਡੈਸਿਵਿਰ, ਤੇ ਉਹ ਸਾਰਿਆਂ ਤੋਂ ਬਚਾ ਹੋ ਗਿਆ। ਮੋਨੋਕਲੋਨਲ ਐਂਟੀਬਾਡੀਜ਼ ਦੇ ਨਾਮ ਨਾਲ ਨਾਮ ਅਜੇ ਰੱਖਿਆ ਜਾਏਗਾ, ਕਿਉਂਕਿ ਅਜੇ ਤਿਆਰ ਹੋ ਰਹੀ ਹੈ, ਪਰ ਹਾਂ ਜਿਹੜੀ 10 ਦਿਨਾਂ ਤੱਕ ਆ ਜਾਣੀ ਹੈ ਦਵਾਈ, ਉਹ ਤੁਹਾਨੂੰ ਮੈਂ ਦੱਸ ਰਿਹਾ ਰੈਵੋਲਿਊਸ਼ਨਰੀ ਹੋ ਜਾਏਗੀ ਉਹ। ਪਰ ਇੱਕ ਮੈਂ ਤੁਹਾਨੂੰ ਵਿੱਚੋਂ ਟੋਕ ਰਿਹਾ, ਜਿਹੜਾ ਇਸ ਤਾਂ ਵੀ ਜਿਵੇਂ ਹੁਣ ਕਰੋਨਾ ਹੋ ਗਿਆ ਕਿਸੇ ਨੂੰ ਤੇ ਉਸ ਤੋਂ ਬਾਅਦ ਉਹਦੇ ਉਹਨੇ ਐਂਟੀਬਾਡੀਜ਼ ਬਣ ਵੀ ਗਏ ਉਹਦੇ, ਤੇ ਫਿਰ ਉਹ ਜਿਹੜਾ ਜਿਹੜਾ ਵੈਕਸੀਨੇਸ਼ਨ ਕਿੰਨੀ ਦੇਰ ਬਾਅਦ ਕਰਾਉਣਾ ਚਾਹੀਦਾ ਜਾਂ ਕੋਈ ਟੈਸਟ ਕਰਾ ਕੇ ਕਰਾਉਣਾ ਚਾਹੀਦਾ ਜਾਂ ਮਤਲਬ ਇਹ ਇਹ ਕੀ ਰਿਕਮੈਂਡੇਸ਼ਨ ਹੈਗੀ ਹੈ?
ਦੇਖੋ ਜਿਹੜੀ ਰਿਕਮੈਂਡੇਸ਼ਨ ਹੈ ਕਿ ਤੁਸੀਂ ਜੇ ਤੁਹਾਨੂੰ ਕਰੋਨਾ ਹੋ ਗਿਆ ਤਾਂ 1 ਮਹੀਨੇ ਦਾ ਗੈਪ ਜ਼ਰੂਰ ਦਿਓ ਓਕੇ ਉਸ ਬਾਅਦ, ਕਿਉਂਕਿ ਉਹ ਸਾਡੀ ਬਾਡੀ ਦੇ ਆਪਣੇ ਸੈੱਲ ਪਹਿਲੀਆਂ ਜੋ ਐਂਟੀਬਾਡੀਜ਼ ਤਿਆਰ ਹੋਈਆਂ ਕੱਚੀਆਂ ਪਿੱਲੀਆਂ ਜੋ ਵੀ ਸਨ ਉਹਨਾਂ ਨੂੰ ਸਮਾਂ ਦੇਣਾ ਹੁੰਦਾ ਕਿ ਉਹ ਆਪ ਇਸਟੈਬਲਿਸ਼ ਹੋ ਜਾਣ, ਫਿਰ 1 ਮਹੀਨੇ ਬਾਅਦ ਉਹ ਸ਼ਾਟ ਆਏ ਤਾਂ ਕਿ ਉਹ ਡਬਲ ਆਪਣੀ ਪ੍ਰੋਟੈਕਸ਼ਨ ਲਈ ਤਿਆਰ ਹੋ ਸਕਣ। ਤੋਂ ਇੱਕ ਅੱਛਾ ਮਹੀਨੇ ਦਾ ਗੈਪ ਦੇਣਾ ਜ਼ਰੂਰੀ ਹੈ। ਤੇ ਜਿੱਥੇ ਤੱਕ ਸਵਾਲ ਹੈ ਲਵਾਉਣ ਤੋਂ ਪਹਿਲਾਂ ਜੇ ਤੁਹਾਨੂੰ ਬੁਖਾਰ ਹਲਕਾ ਹੋ ਰਿਹਾ ਹੈ ਜਾਂ ਖੰਘ ਜਾਂ ਕੋਈ ਲੱਛਣ ਨੇ ਤਾਂ ਜ਼ਰੂਰ ਪਹਿਲਾਂ ਤੁਹਾਨੂੰ ਟੈਸਟ ਕਰਾ ਲੈਣਾ ਚਾਹੀਦਾ RT-PCR ਕਿ ਤੁਹਾਨੂੰ ਹੋ ਤਾਂ ਨਹੀਂ ਗਿਆ ਕਰੋਨਾ, ਤਾਂ ਉਹਦੇ ਹਾਂ ਵਿੱਚ ਲਵਾਉਣਾ ਠੀਕ ਨਹੀਂ ਹੈ। ਤੇ ਕਿਉਂਕਿ ਆਮ ਬੜੇ ਤੌਰ ਤੇ ਕਾਫੀ ਜਿਵੇਂ ਕੇਸ ਅਜਿਹੇ ਦੇਖਣ ਵੀ ਜੀ ਉਹ ਲਾਉਣ ਤੋਂ ਬਾਅਦ 4 ਦਿਨ ਬਾਅਦ ਹੋ ਗਿਆ, 4 ਦਿਨ ਬਾਅਦ ਤੇ ਜੀ, ਹੋ ਗਿਆ। ਮੈਂ ਤੁਹਾਨੂੰ ਇਸੇ ਲਈ ਪਹਿਲੇ ਹੀ ਲਾਈਨ ਇਹ ਕੀਤੀ ਸੀ ਕਿਉਂਕਿ ਇਹ ਮਰਿਆ ਹੋਇਆ ਵੈਕਸੀਨ, ਇਹ ਹਾਂ ਮਰੀ ਹੋਈ ਕੀਟਾਣੂ ਤੇ ਇਹ ਤਾਂ ਬਿਮਾਰੀ ਕਰ ਹੀ ਨਹੀਂ ਸਕਦਾ। ਉਹ ਠੀਕ ਹੈ ਤੁਹਾਨੂੰ ਪਹਿਲਾਂ ਤੋਂ ਕੀਟਾਣੂ ਸਰੀਰ ਅੰਦਰ ਵੜ ਵੜ ਚੁੱਕੇ ਸੀ ਜਿਨ੍ਹਾਂ ਨੇ ਬਿਮਾਰੀ ਕੀਤੀ, ਕਿਉਂਕਿ 5 ਦਿਨਾਂ 'ਚ ਤਾਂ ਇਹ ਵੈਕਸੀਨ ਦਾ ਅਸਰ ਸ਼ੁਰੂ ਵੀ ਨਹੀਂ ਹੁੰਦਾ, ਇਹਨੇ ਜੋ ਬਣਾਉਣੀ ਹੈ ਉਹ 14 ਦਿਨ ਲੱਗਦੇ ਨੇ ਐਂਟੀਬਾਡੀਜ਼ ਬਣਾਉਣ ਸ਼ੁਰੂ ਕਰਨ ਵਿੱਚ ਮੈਂ ਹੁਣ ਆਪਣੀ ਐਗਜ਼ਾਮਪਲ ਦਿੰਦਾ ਤੁਹਾਨੂੰ। ਜੀ। ਮੈਨੂੰ ਕਰੋਨਾ ਹੋਇਆ ਤੇ ਉਸ ਤੋਂ ਬਾਅਦ ਮੈਂ ਆਪਣੇ ਐਂਟੀਬਾਡੀਜ਼ ਕਰਾਏ ਠੀਕ ਹੋਣ ਤੋਂ ਬਾਅਦ ਟੈਸਟ, ਉਹ 13 ਪੁਆਇੰਟ ਕੁਛ ਸੀਗਾ ਉਹਦਾ ਜਿਹੜਾ ਮਈਅਰਮੈਂਟ ਹੁੰਦਾ ਹੈ ਨਾ। ਜੀ ਉਸ ਤੋਂ ਬਾਅਦ ਮੈਂ ਫਿਰ ਜਿਸ ਦਿਨ ਮੈਨੂੰ ਮਤਲਬ ਵੈਕਸੀਨ ਜਿਹੜਾ ਆਇਆ ਜਦੋਂ ਕੋਵਿਸ਼ੀਲਡ ਲਾਉਣ ਤੋਂ ਪਹਿਲਾਂ ਮੈਂ ਵੈਸੇ ਮੈਨੂੰ ਖਿਆਲ ਆ ਗਿਆ, ਮੈਂ ਕਿਹਾ ਐਂਟੀਬਾਡੀ ਟੈਸਟ ਕਰਵਾ ਲਈਏ। ਜੀ ਤੇ ਉਸ ਦਿਨ ਮੈਂ ਸੈਂਪਲ ਦਿੱਤਾ ਤੇ ਐਂਟੀਬਾਡੀਜ਼ ਮੈਂ ਟੈਸਟ ਕਰੇ ਉਹ 21 ਪੁਆਇੰਟ ਕੁਛ ਸੀਗੇ। ਜਦੋਂ ਜੀ ਮੈਂ ਮਤਲਬ ਜਿਸ ਦਿਨ ਮੈਂ ਲਵਾਇਆ ਉਹ ਇੰਜੈਕਸ਼ਨ, 21 ਪੁਆਇੰਟ ਜੀ ਕੁਛ ਸੀ ਉਹਦੀ ਜਿਹੜੀ ਉਹ ਜਿਹੜਾ ਮਈਅਰਮੈਂਟ ਜਿਹੜੀ ਐਂਟੀਬਾਡੀ ਦੀ। ਜੀ ਸੋ ਹੁਣ ਉਹਨਾਂ ਦਾ ਮੈਂ ਉਹ ਮੇਰੇ ਪਹਿਲਾਂ ਵੀ ਬਣੇ ਹੋਏ ਸੀਗੇ ਤੇ ਉਹ ਜਿਹੜਾ ਮੈਂ ਵੈਕਸੀਨ ਲਵਾਇਆ ਤੇ ਉਹਦਾ ਹੁਣ ਮਤਲਬ ਦੋਨਾਂ ਦਾ ਕੀ ਇਹਦਾ ਤੁਹਾਡਾ ਮਤਲਬ ਹੈ ਵੀ ਉਹ ਇਫੈਕਟਿਵ ਜ਼ਿਆਦਾ ਹੋਏਗਾ ਐਂਟੀਬਾਡੀ? ਐਡੀਸ਼ਨਲ ਬੈਨੀਫਿਟ ਹੋ ਜਾਏਗਾ ਜੀ ਬਿਲਕੁਲ, ਕਿਉਂਕਿ ਗੱਲ ਇਸ ਤਰ੍ਹਾਂ ਹੁੰਦੀ ਹੈ ਸਿਰਫ ਬਿਮਾਰੀ ਨਾਲ ਜਿਹੜੇ ਤਾਂ ਰਿਕਵਰ ਕਰ ਗਏ, ਤੁਹਾਡੀ ਇਮਿਊਨਿਟੀ ਪਹਿਲਾਂ ਹੀ ਤਗੜੀ ਸੀ ਜਿਸ ਸਦਕਾ ਤੁਸੀਂ ਇਹ ਬਿਮਾਰੀ ਝੱਲ ਗਏ, ਹਾਂਜੀ ਪਰ ਗੱਲ ਇਹ ਹੈ ਕਿ ਸਾਡੇ ਕੋਲ ਬੇਅੰਤ ਕੇਸ ਨੇ ਜਿਨ੍ਹਾਂ ਨੂੰ 1 ਵਾਰ ਹੋਇਆ ਫਿਰ ਦੂਸਰੀ ਵਾਰ ਦੂਜੀ ਹੋਇਆ, ਵਾਰ ਸਗੋਂ ਦੂਸਰੀ ਵਾਰ ਦੇ ਅਟੈਕ ਤੋਂ ਬਾਅਦ ਡੈਥ ਰੇਟ ਜ਼ਿਆਦਾ ਹੋਇਆ, ਹਾਂਜੀ ਉਹਦੇ ਕੰਪਲੀਕੇਸ਼ਨ ਜ਼ਿਆਦਾ ਦਿਸੀਆਂ, ਦਾ ਮਤਲਬ ਸਪਸ਼ਟ ਹੈ ਕਿ ਉਹੀ ਕਰੋਨਾ ਨਹੀਂ ਹੈ। ਸ਼ਕਲ ਵੱਖਰੀ ਤਬਦੀਲ ਕਰਕੇ ਜੋ ਆ ਗਿਆ ਇਹ ਵੱਧ ਮਾਰੂ ਅਸਰ ਕਰ ਮਾਰੂ। ਰਿਹਾ। ਉਹ ਵੈਕਸੀਨ ਸਾਨੂੰ ਜਦੋਂ ਪੂਰੇ ਦਾ ਸਾਬਤ ਦਾ ਕਿਲਡ ਦਿੰਦਾ ਤਾਂ ਅਲੱਗ ਅਲੱਗ ਹਿੱਸੇ ਤਬਦੀਲ ਕਰਕੇ ਜਦੋਂ ਆ ਰਿਹਾ ਉਹਨਾਂ 'ਚ ਅਸਰਦਾਰ ਤਾਂ ਇਹ ਰਹੇਗਾ, ਜ਼ਿਆਦਾ ਪਰ ਖਤਮ ਗੱਲ ਇਹ ਹੈ ਕਿ 2 ਟੀਕਿਆਂ ਤੋਂ ਬਾਅਦ ਵੀ ਹੁਣ ਦੇਖ ਰਹੇ ਹਾਂ ਕੇਸਿਸ ਆ ਰਹੇ ਨੇ ਜਿਸ ਨਾਲ ਇਹਦੇ ਵੀ ਕਰੋਨਾ ਹੋਈ ਜਾ ਰਿਹਾ ਲੋਕਾਂ ਨੂੰ। ਇਸੇ ਕਰਕੇ ਜਿਹੜੀ ਲੇਟੈਸਟ ਡਿਵੈਲਪਮੈਂਟ ਆ ਰਹੀ ਹੈ ਕਿ ਕੀ 6 ਮਹੀਨੇ ਬਾਅਦ ਹੋਰ ਤੀਸਰੀ ਡੋਜ਼ ਲਾਈ ਜਾਵੇ ਜਾਂ ਨਾ, ਉਹ ਅਜੇ ਖੋਜ ਅਧੀਨ, ਫੈਸਲਾ ਹੋਣਾ ਤੇ ਅਜੇ ਅਗਲੇ ਸਾਲ ਹੀ ਸਾਨੂੰ ਪਤਾ ਲੱਗੇਗਾ। ਜੇ ਤਾਂ ਕਰੋਨਾ ਹੀ ਖਤਮ ਹੋ ਗਿਆ ਤਾਂ ਵਾਹ ਭਲਾ, ਨਹੀਂ ਤਾਂ ਸਾਡੀ ਬਾਡੀ 'ਚ ਕਿੰਨੀ ਇਮਿਊਨਿਟੀ ਰਹਿ ਗਈ ਕਿ ਖਤਮ ਹੋ ਗਈ ਕਿ ਅਗਲੇ ਸਾਲ ਫਿਰ ਨਵਾਉਣ ਦੀ ਲੋੜ ਪੈਣੀ ਹੈ ਜਾਂ ਨਹੀਂ, ਇਹ ਹੋਰ ਭਿਆਨਕ ਸ਼ਕਲ ਤਬਦੀਲ ਕਰਕੇ ਆਈ ਅੱਛਾ ਹੈ ਜਾਂ ਨਹੀਂ, ਅੱਛਾ ਇਹ ਅੱਗੇ ਪਤਾ ਲੱਗੇਗਾ। ਜੀ ਮੇਰਾ ਪਹਿਲਾ ਸਵਾਲ ਜਿਹੜਾ ਸੀ ਵੀ ਕੋਈ ਬੈਟਰ ਕੋਈ ਇਹ ਹੈ ਵੀ ਕੋਵਿਸ਼ੀਲਡ ਤੇ ਕੋਵੈਕਸਿਨ ਚੋਂ ਜਦੋਂ ਚੁਆਇਸ ਕਰਨੀ ਹੁੰਦੀ ਹੈ, ਮਤਲਬ ਹੁਣ ਤਾਂ ਮੇਰੇ ਖਿਆਲ ਕੋਵੈਕਸਿਨ ਹੀ ਆ ਰਹੇ ਨੇ ਇਸ ਵੇਲੇ ਤਾਂ ਸਾਰੇ ਇਕੁਅਲੀ ਇਫੈਕਟਿਵ ਦਿਸ ਰਹੇ ਇਕੁਅਲੀ? ਨੇ, ਹਾਲੇ ਅੱਛਾ ਕੋਈ ਵੀ 1 ਤੋਂ ਵੱਧ ਉੱਚੇ ਨਹੀਂ ਦਿਖ ਰਿਹਾ। ਅੱਛਾ ਸਿਰਫ ਅੱਛਾ ਇੱਕ ਰਸ਼ੀਅਨ ਵੈਕਸੀਨ ਜੋ ਆ ਰਿਹਾ ਜੋ ਕਿ ਸਿੰਗਲ ਡੋਜ਼ ਹਾਲੇ ਤੱਕ ਉਹ ਕਹਿ ਰਹੇ ਨੇ ਅਸਰਦਾਰ ਹੈ, ਹਾਂ ਉਹ ਹਾਂ ਜੀ ਕਿਉਂਕਿ ਉਹਨਾਂ ਦੇ ਕਾਫੀ ਹੱਦ ਤੱਕ ਉਸੇ ਨੇ ਕੰਟਰੋਲ ਕਰ ਲਈ ਹੈ। ਹੋ ਸਕਦਾ ਉਹਦੇ 'ਚ ਕੁਛ, ਕਿਉਂਕਿ ਉਹ ਅਜੇ ਲੀਕ ਆਊਟ ਨਹੀਂ ਕਰ ਨਹੀਂ ਰਹੇ ਕਰ ਕਿ ਰਹੇ ਕਿਸ ਚੀਜ਼ ਇਹਨੂੰ। ਤੇ ਬਣਾਇਆ, ਕਿਵੇਂ ਬਣਾਇਆ, ਕਿਵੇਂ ਅਸਰਦਾਰ ਹੈ, ਉਹ ਆ ਜਾਏਗਾ ਤਾਂ ਉਹਦੇ ਤੇ ਖੋਜ ਹੋ ਸਕਦੀ ਹੈ। ਪਰ ਹਾਲ ਦੀ ਘੜੀ ਜਿੰਨੇ ਵੀ ਅਵੇਲੇਬਲ ਨੇ ਸਾਰੇ ਹੀ ਉਨੇ ਹੀ ਲਗਭਗ ਅਸਰਦਾਰ ਨੇ, ਕੋਈ 1 ਤੋਂ ਦੂਜਾ ਵੱਧ ਜੇ ਹੋਏਗਾ ਵੀ ਤਾਂ 1-2% ਹੀ ਹੈ, ਅੱਛਾ ਪਰ ਉਹ ਅਜੇ ਕਿਉਂਕਿ ਪਰ ਹੁਣ ਤਾਂ ਹੁਣ ਜਿਹੜੀ ਸਾਡੇ ਮੁਤਾਬਕ ਜ਼ਿਲ੍ਹੇ ਲਗਾ ਲੈਣਾ ਚਾਹੀਦਾ। ਜਿਹੜੀ ਅੱਜ ਹੁਣ ਰਿਕਮੈਂਡੇਸ਼ਨ ਆਈ ਹੈ ਗਵਰਨਮੈਂਟ ਦੀ ਜਾਂ ਉਹ ਗਵਰਨਮੈਂਟ ਦੇ ਪੈਨਲ ਦੀ ਆਈ ਹੈ, ਅਜੇ ਤਾਂ ਮੇਰੇ ਖਿਆਲ ਉਹਨੂੰ ਫਾਰਮਲਾਈਜ਼ ਤਾਂ ਹੋਏਗਾ। ICMR ਦਾ ਵੀ ਮੈਂ ਦੇਖ ਰਿਹਾ ਸੀ ਡਾਕਟਰ, ਉਹ ਵੀ ਇਸ ਨੂੰ ਜਸਟੀਫਾਈ ਕਰ ਰਿਹਾ ਸੀ ਕਿ ਠੀਕ ਹੈ ਉਹ ਰਿਕਮੈਂਡੇਸ਼ਨ, ਤੇ ਇਹਦਾ ਮਤਲਬ ਇਹ ਹੈਗਾ ਕਿ ਉਸ ਨੂੰ ਹੁਣ ਤੁਸੀਂ ਸਮਝਦੇ ਵੀ ਇਹ ਰਿਕਮੈਂਡੇਸ਼ਨ ਜਿਹੜੀ ਹੈ ਠੀਕ ਹੈਗੀ ਇਹ, ਤੇ ਇਹਦੇ ਕਿਉਂਕਿ ਗਵਰਨਮੈਂਟ ਅਜੇ ਫਾਰਮਲ ਫੈਸਲਾ ਤਾਂ ਜਾਂ ਗਾਈਡਲਾਈਨ ਤਾਂ ਜਾਰੀ ਕਰੇਗੀ ਅਜੇ,
ਦੇਖੋ ਇਸ ਬਾਰੇ ਯੂਕੇ ਵਿੱਚ ਪਹਿਲਾਂ ਹੀ ਗੱਲ ਹੋ ਚੁੱਕੀ ਸੀ। ਕਾਫੀ ਦੇਰ ਤੋਂ ਡਾਕਟਰ ਤਾਂ ਕਹਿ ਰਹੇ ਨੇ ਕਿ ਲੇਟ ਕਰੋ, ਪਰ ਗਵਰਨਮੈਂਟ ਰეკਮੈਂਡੇਸ਼ਨ ਤੋਂ ਉਲਟ ਨਹੀਂ ਜਾ ਸਕਦੇ। ਬਹੁਤ ਸਾਰੇ ਡਾਕਟਰਸ ਨੇ ਆਪ 1.5 ਮਹੀਨਾ ਜਾਂ 2 ਮਹੀਨੇ ਦੇ ਗੈਪ ਪਰ ਤੇ ਉਹ ਹੀ ਲਵਾਇਆ। ਉਹ ਹਾਂ ਹੁਣ ICMR ਨੇ ਵੀ ਬੜੇ ਚਿਰਾਂ ਤੋਂ ਇਹ ਕਿਹਾ ਹੋਇਆ ਸੀ ਕਰੋ ਲੇਟ, ਪਰ ਗਵਰਨਮੈਂਟ ਉਸ ਦੇ ਉੱਤੇ ਅਜੇ ਅੱਛਾ ਖਿਆਲ ਅੱਛਾ ਨਹੀਂ ਸੀ ਕਰ ਰਹੀ। ਹੁਣ ਜੇ ਗਵਰਨਮੈਂਟ ਰეკਮੈਂਡੇਸ਼ਨ ਆ ਰਹੀ ਹੈ ਤਾਂ ਉਸ ਤੋਂ ਪਹਿਲਾਂ ਡਾਕਟਰ ਆਲਰੇਡੀ ਖੋਜੀ ਵੀ ਆਲਰੇਡੀ ਕਹਿ ਚੁੱਕੇ ਨੇ ਕਿ ਇਹਨੂੰ ਲੇਟ ਹੀ ਲਾਣਾ ਚਾਹੀਦਾ। ਪਰ ਇਹ ਕੋਵਿਸ਼ੀਲਡ ਮਾਮਲੇ ਚ ਕਿਉਂ ਹੈ, ਕੋਵੈਕਸਿਨ ਚ ਕਿਉਂ ਨਹੀਂ, ਇਹ ਵੀ ਸਵਾਲ ਖੜਾ ਹੈ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਉਹਦੇ ਵਿੱਚ ਇੱਕ ਵੈਕਸੀਨ ਜਿਹੜਾ ਕੋਵੈਕਸਿਨ ਹੈ ਉਹ ਪੂਰੀ ਦੀ ਪੂਰੀ ਵਾਇਰਸ ਦੇ ਉੱਪਰ ਅੱਛਾ ਬਣਿਆ ਅੱਛਾ ਹੋਇਆ, ਪੂਰੀ ਇਹ ਪਾਰਟਸ ਨੇ, ਅੱਛਾ ਇਹ ਪਾਰਟ ਦੇ ਉੱਤੇ ਬਣਿਆ ਹੋਇਆ, ਓਕੇ ਸੋ ਇਸ ਓਕੇ ਕਰਕੇ ਇਹ ਫਰਕ ਦਿਸਣ ਅੱਛਾ ਵਾਲਾ ਹੈ। ਅੱਛਾ ਅੱਛਾ ਠੀਕ ਹੈ। ਕਿਉਂਕਿ ਮੈਂ ਦੇਖੋ ਇੱਕ ਤਾਂ ਜਨਰਲ ਚਲੋ ਐਜ ਏ ਜਨਰਲ ਜਿਹੜੀ ਅਵੇਅਰਨੈਸ ਪੱਖੋਂ ਲੋਕਾਂ ਨੂੰ ਹੋਰਾਂ ਨੂੰ ਦੱਸਣੀ ਹੈ, ਮੈਂ ਤਾਂ ਆਪਣਾ ਪਰਸਨਲ ਵੀ ਮੇਰਾ ਸਵਾਲ ਖੜਾ ਹੋਇਆ ਹੋਇਆ, ਕਿਉਂਕਿ ਮੇਰਾ 6 ਹਫ਼ਤੇ ਹੋ ਗਏ ਨੇ ਜੀ ਕੋਵਿਸ਼ੀਲਡ ਲਵਾਏ ਨੂੰ, ਤੇ ਜੀ ਹੁਣ ਇਹ ਸਵਾਲ ਕਿ ਮੈਂ ਅੱਜ ਕੱਲ੍ਹ ਚਲਾਉਣਾ ਸੀ ਉਹ, ਤੇ ਹੁਣ ਇਹ ਅੱਜ ਰਿਕਮੈਂਡੇਸ਼ਨ ਆ ਗਈ ਇਹ ਕਿ ਇਹ ਕਰੋ, ਤਾਂ ਮਤਲਬ ਮੈਂ ਮੇਰਾ ਤਾਂ ਜਾਤੀ ਸਵਾਲ ਖੜਾ ਹੋਇਆ ਹੈ। ਜੀ ਬਿਲਕੁਲ। ਦੇਖੋ ਉਸੇ ਤਰ੍ਹਾਂ ਜਿਵੇਂ ਮੈਂ ਆਪਣਾ ਦੱਸਦੀ ਹਾਂ ਕਿ ਅਸੀਂ 1.5 ਮਹੀਨੇ ਤੇ ਸਾਰੇ ਡਾਕਟਰਾਂ ਨੇ 1.5 ਮਹੀਨੇ ਤੇ ਹੀ ਲਵਾਇਆ। ਬਿਲਕੁਲ ਉਦੋਂ ਤੱਕ ਹਲੇ ਗਵਰਨਮੈਂਟ ਰეკਮੈਂਡੇਸ਼ਨਸ ਵੀ ਨਹੀਂ ਸੀ, ਪਰ ਅਸੀਂ ਸਭ ਨੇ ਫਿਰ ਵੀ ਉਦੋਂ ਹੀ ਕਿਉਂਕਿ ਪਹਿਲਾਂ ਠੀਕ ਹੀ ਹੈ ਆ ਚੁੱਕੀਆਂ ਸੀ ICMR ਦੀ, ਅਸੀਂ ਠੀਕ ਲਾਇਆ ਹੋਇਆ। ਲਾਇਆ ਹੁਣ ਸਰ ਵੀ ਤੁਸੀਂ ਮੈਂ ਐਡਵਾਈਸ ਇਹੀ ਕਰਾਂਗੀ ਕਿਉਂਕਿ ਅਸੀਂ ਕਿਹਾ ਕਿ ਜਿੰਨਾ ਸਗੋਂ 2 ਮਹੀਨੇ ਦਾ ਜੇ ਗੈਪ ਪੈ ਜਾਵੇ ਤਾਂ ਐਂਟੀਬਾਡੀ ਜ਼ਿਆਦਾ ਚੰਗੀਆਂ ਬਣਦੀਆਂ, ਸੋ ਅੱਛਾ ਹੁਣ ਬਿਹਤਰ ਹੈ ਤੁਸੀਂ ਡਿਲੇ ਕਰੋ, ਅਜੇ ਓਕੇ 2 ਮਹੀਨੇ ਠੀਕ ਦਾ ਤਾਂ ਘੱਟੋ ਘੱਟ ਜ਼ਰੂਰੀ ਹੈ ਗੈਪ। ਠੀਕ। ਤੇ ਇਹ ਹੁਣ ਸਾਨੂੰ ਹੁਣ ਸਾਨੂੰ ਐਂਟੀਬਾਡੀ ਟੈਸਟ ਵੀ ਕਰਾ ਲੈਣੇ ਚਾਹੀਦੇ, ਚੈੱਕ ਕਰਾ ਲੈਣੇ ਚਾਹੀਦੇ ਆ ਜਿਹੜੇ ਇਹਨਾਂ ਨੂੰ ਲੱਗ ਚੁੱਕੇ ਨੇ, ਵੀ ਕੀ ਪੋਜੀਸ਼ਨ ਕੀ ਹੈ ਉਹ ਤਾਂ ਪਤਾ ਤਾਂ ਲੱਗ ਜਾਂਦਾ। ਨਹੀਂ, ਇਸ ਕਰਕੇ ਅਸੀਂ ਰਿਕਮੈਂਡ ਨਹੀਂ ਕਰਦੇ ਕਿਉਂਕਿ ਜੇ ਤੁਸੀਂ ਐਂਟੀਬਾਡੀਜ਼ ਜੋ ਟੈਸਟ ਕਰਨ ਵਾਲਾ ਵੀ ਕਿਤੇ 100% ਸਹੀ ਟੈਸਟ ਨਹੀਂ ਹੁੰਦਾ, ਅੱਛਾ ਇਹੋ ਜਿਹਾ ਮੈਡੀਕਲ ਵਿਗਿਆਨ ਵਿੱਚ ਕੁਝ ਵੀ ਨਹੀਂ ਜਿਹੜਾ 100% ਵਰਗੀ ਕੋਈ ਗੱਲ ਕਰਦਾ ਹੋਵੇ। ਸੋ ਬਹੁਤ ਸਾਰੇ ਟੈਸਟ ਜਿਹੜੀ ਆ ਉਹਨਾਂ ਦੀ ਐਫੀਕੇਸੀ ਵੀ 85% ਦੀ ਹੁੰਦੀ ਹੈ, ਬਾਕੀਆਂ ਚੋਂ ਗਲਤ ਫਲਤੀ ਰਿਪੋਰਟਸ ਆਉਂਦੀਆਂ, ਸੋ ਉਹਦੇ ਤੇ ਨਾ ਸਟ੍ਰੈਸ ਲਵੋ ਰਾਦਰ ਦੈਨ ਉਹਦੇ ਤੇ। ਆਪਾਂ ਇੱਕ ਚੜ੍ਹਦੀ ਕਲਾ, ਇੱਕ ਬੜੀ ਮੈਂ ਵੈਸੇ ਨਹੀਂ ਕਿ ਕੋਈ ਆਮ ਗੱਲ ਕਰ ਰਹੀ ਹਾਂ, ਇਹਦੇ ਇਫੈਕਟਿਵ ਅਸੀਂ ਦੇਖ ਚੁੱਕੇ ਹਾਂ। ਈਵਨ ਕੈਂਸਰ ਦੇ ਵਿੱਚ ਲਾਸਟ ਸਟੇਜ ਵਿੱਚ ਵੀ ਜਦੋਂ ਤੁਸੀਂ ਆਪਣਾ ਮਨ ਸਟਰੋਂਗ ਰੱਖਦੇ ਹੋ ਨਾ, ਉਹ ਉਹ ਤੁਹਾਨੂੰ ਵਿਲ ਬਹੁਤ ਪਾਵਰ ਦਾ ਤਗੜੀਆਂ ਬਿਮਾਰੀਆਂ ਤੋਂ ਬਚਾ ਦਿੰਦਾ ਹੈ। ਸੋ ਵਿਲ ਪਾਵਰ ਦਾ ਇਹਨੂੰ ਰੋਲ ਤਾਂ ਛੱਡ ਬਹੁਤ ਕੇ ਹੁੰਦਾ ਹੈ। ਐਂਟੀਬਾਡੀ ਛੱਡ ਕੇ ਤੁਸੀਂ ਆਪ ਚੜ੍ਹਦੀ ਕਲਾ 'ਚ ਰਹੋ, ਮੈਂ ਠੀਕ ਹਾਂ, ਠੀਕ ਠੀਕ ਹੈ ਆਪਣੀ ਰੋਜ਼ ਦੀ ਸੈਰ ਰੱਖੋ, ਡੇਲੀ ਦੀ 40 ਮਿੰਟਸ ਮਿਨੀਮਮ ਐਕਸਰਸਾਈਜ਼ ਜ਼ਰੂਰੀ ਹੈ, ਜੀ ਤੇ ਸੰਤੁਲਿਤ ਖੁਰਾਕ ਖਾਓ, ਜੀ ਇਹ ਤੁਹਾਡੇ ਲਈ ਬਹੁਤ ਤਗੜੀਆਂ ਤੁਹਾਨੂੰ ਹੈਲਪਫੁਲ ਨੇ, ਬਹੁਤ ਅਨੇਕ ਬਿਮਾਰੀਆਂ ਤੋਂ ਬਚਾ ਦੇਣਗੀਆਂ। ਠੀਕ ਹੈ ਜੀ, ਬਹੁਤ ਸ਼ੁਕਰੀਆ। ਆਪਾਂ ਮਤਲਬ ਹੋਰ ਜਿਹੜੇ ਇਸ ਨਾਲ ਜੁੜੇ ਹੋਏ ਮੁੱਦੇ ਨੇ, ਇਸ਼ੂਜ਼ ਨੇ, ਸਵਾਲ ਨੇ, ਉਹਨਾਂ 'ਤੇ ਫਿਰ ਕਿਸੇ ਵੇਲੇ ਗੱਲ ਕਰਾਂਗੇ। ਬਹੁਤ ਮਿਹਰਬਾਨੀ ਹਰਸ਼ਿੰਦਰ ਜੀ, ਥੈਂਕ ਯੂ ਸ਼ੁਕਰੀਆ, ਜੀ ਥੈਂਕ ਯੂ, ਓਕੇ ਧੰਨਵਾਦ। ਲੇਟੈਸਟ ਨਿਊਜ਼ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਡੀ ਲੇਟੈਸਟ ਵੀਡੀਓ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਦਬਾਉਣਾ ਨਾ ਭੁੱਲਿਓ।